ਮੰਡੀ ਚ ਸਬਜ਼ੀ ਵੇਚਣ ਆਏ ਇੱਕ ਕਿਸਾਨ ਤੇ ਜਾਨਲੇਵਾ ਹਮਲਾ ਹੋਇਆ ਜਿਸ ਤੇ ਇੱਕ ਬਾਈਕ ਸਵਾਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਗਨੀਮਤ ਰਹੀ ਹੈ ਕਿ ਕਿਸਾਨ ਦੇ ਗੋਲੀ ਨਹੀਂ ਲੱਗੀ, ਉਸਦਾ ਵਾਲ ਵਾਲ ਬਚਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮੰਡੀ ਦੇ ਵਿੱਚ ਮਟਰ ਵੇਚਣ ਆਇਆ ਸੀ ਤਾਂ ਅਚਾਨਕ ਇਸ ਤੇ ਕਿਸੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਹਮਲਾਵਰ ਨਜ਼ਰ ਆਇਆ ਹੈ ਜੋ ਆਪਣੀ ਬਾਈਕ ਦੇ ਕੋਲ ਪਹਿਲਾਂ ਬੈਠ ਕੇ ਬਾਈਕ ਦੇ ਚੱਕੇ ਨੂੰ ਚੈੱਕ ਕਰਦਾ ਹੈ, ਫਿਰ ਇੱਧਰ ਉੱਧਰ ਝਾਕਦਾ ਹੈ ਅਤੇ ਕੁਝ ਹੀ ਦੇਰ ਬਾਅਦ ਬਾਈਕ ਸਟਾਰਟ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਮਟਰ ਵੇਚਣ ਦੇ ਲਈ ਜਦੋਂ ਸਬਜ਼ੀ ਮੰਡੀ ਚ ਪਹੁੰਚਿਆ ਤਾਂ ਅਚਾਨਕ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਸੇ ਵੱਲੋਂ, ਪਰ ਜਦੋਂ ਸੀਸੀਟੀਵੀ ਤਸਵੀਰਾਂ ਦੇਖੀਆਂ ਗਈਆਂ ਤੇ ਉਹਦੇ ਵਿੱਚ ਇਹ ਸਾਫ਼ ਨਜ਼ਰ ਆਇਆ ਹੈ ਕਿ ਇੱਕ ਨਕਾਬਪੋਸ਼ ਬਾਈਕ ਸਵਾਰ ਦੇ ਵੱਲੋਂ ਇਸ ਕਿਸਾਨ ਤੇ ਹਮਲਾ ਕੀਤਾ ਗਿਆ। ਹਾਲਾਂਕਿ ਇਸ ਹਮਲੇ ਦੇ ਕਾਰਨ ਸਾਹਮਣੇ ਨਹੀਂ ਆਏ ਨੇ, ਪੁਲਿਸ ਜਾਂਚ ਕਰ ਰਹੀ ਹੈ। ਮੌਕੇ ਤੋਂ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ। ਪੁਲਿਸ ਦੇ ਵੱਲੋਂ ਹੋਰ ਵੀ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਮਾਮਲਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਦਾ ਹੈ, ਜਿੱਥੋਂ ਦੀ ਸਬਜ਼ੀ ਮੰਡੀ ਦੇ ਵਿੱਚ ਕਿਸਾਨ ਮਟਰ ਵੇਚਣ ਦੇ ਲਈ ਆਇਆ ਸੀ ਤਾਂ ਉੱਥੇ ਹੀ ਇੱਕ ਬਾਈਕ ਸਵਾਰ ਨਕਾਬਪੋਸ਼ ਦੇ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਦੋ ਫਾਇਰ ਕੀਤੇ ਜਾਂਦੇ ਨੇ ਜਿਸ ਤੋਂ ਕਿਸਾਨ ਦਾ ਵਾਲ ਵਾਲ ਬਚਾ ਹੋ ਜਾਂਦਾ ਹੈ। ਗਨੀਮਤ ਰਹੀ ਹੈ ਕਿ ਗੋਲੀ ਕਿਸਾਨ ਦੇ ਨਹੀਂ ਲੱਗੀ ਹੈ, ਪਰ ਇਸ ਤੋਂ ਬਾਅਦ ਮੰਡੀ ਦੇ ਵਿੱਚ ਆਏ ਲੋਕਾਂ 'ਚ ਜ਼ਰੂਰ ਦਹਿਸ਼ਤ ਫੈਲ ਗਈ। ਇੱਥੇ ਮੰਡੀ ਦੀ ਸੁਰੱਖਿਆ ਨੂੰ ਲੈ ਕੇ ਅਤੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ। ਉਧਰ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਸਿੱਕਾ ਮੌਕੇ ਤੋਂ ਬਰਾਮਦ ਹੋਇਆ ਹੈ ਤੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਪੁਲਿਸ ਤਫਤੀਸ਼ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਜਲਦ ਹੀ ਇਸ ਹਮਲਾਵਰ ਨੂੰ ਕਾਬੂ ਕਰ ਲਿਆ ਜਾਏਗਾ। ਮੇਰਾ ਨਾਂ ਰਣਜੀਤ ਸਿੰਘ ਆ ਤੇ ਰਾਤੀ ਕਿਸੇ ਨੇ ਮੇਰੇ ਤੇ ਹਮਲਾ ਕੀਤਾ ਪਿਸਟਲ ਨਾਲ ਤੇ ਆ ਵੀ ਮੇਰੀ ਜਾਨ ਬਚ ਗਈ, ਬਸ ਇੰਨਾ ਹੀ ਮੈਨੂੰ ਪਤਾ। ਦੋ ਗੋਲੀਆਂ ਚੱਲੀਆਂ। ਕਿੰਨੇ ਵਜੇ ਘਟਨਾ ਜੋ ਤੁਸੀਂ ਇੱਥੇ ਆਏ ਜੋ? ਇਹ ਮੇਰਾ ਕੱਲ 8:30 ਦੀ ਘਟਨਾ। ਕੀ ਇੱਥੇ ਮੰਡੀ ਕੰਮ ਆਏ ਜੋ? ਮਟਰ ਵੇਚਣਾ ਹੈ। ਤੇ ਕੋਈ ਇੱਥੇ ਮੰਡੀ ਦੀ ਸੁਰੱਖਿਆ ਚਾਹੀਦੀ ਹੈ ਤੁਹਾਨੂੰ? ਹਾਂਜੀ ਜ਼ਰੂਰ ਚਾਹੀਦੀ ਜੀ। ਸੁਰੱਖਿਆ ਤੇ ਹੁਣ ਜਿਹੋ ਜਿਹਾ ਮਾਹੌਲ ਆ ਉਹ ਸਾਰੇ ਨਗਰ ਦੀ ਸਾਰੇ ਪੰਜਾਬ ਦੀ ਚਾਹੀਦੀ ਆ। ਐਡੇ ਮਾੜੇ ਹਾਲਾਤ ਹੋ ਗਏ ਨੇ ਇੱਥੋਂ ਦੇ ਵੀ ਮੈਂ ਜਿਹੜਾ ਹਰ ਵਰਗ ਜਿਹੜਾ ਇਹ ਤੋਂ ਦੁਖੀ ਆ। ਨਸ਼ੇ ਦਾ ਬੋਲਬਾਲਾ ਵਾ, ਨਜਾਇਜ਼ ਹਥਿਆਰ ਹੋਣੇ, ਜਿੱਦਾਂ ਕਿ ਥੋੜ੍ਹਾ ਚਿਰ ਪਹਿਲਾਂ ਖਵਾਸਪੁਰ ਵੀ ਗੋਲੀਬਾਰੀ ਹੋਈ, ਸ਼ਰੇਆਮ ਇੱਥੇ ਸਾਡੇ ਇੱਕ ਨੌਜਵਾਨ ਕਿਸਾਨ ਆਗੂ 'ਤੇ ਗੋਲੀਆਂ ਚਲਾਤੀਆਂ ਗਈਆਂ, ਜਿਹੜਾ ਬੜਾ ਮੁਸ਼ਕਲ ਬਚਿਆ। ਹਾਲਾਤ ਵੱਧ ਤੋਂ ਬਦਤਰ ਆ। ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਸਾਡੀ ਸੁਰੱਖਿਆ ਜਿਹੜੀ ਹਰ ਵਰਗ ਦੀ ਲਾਜ਼ਮੀ ਕਰਨੀ ਚਾਹੀਦੀ ਆ। ਇੱਥੇ ਹਰ ਵਰਗ ਦੁਖੀ ਆ, ਵਪਾਰੀ ਸਭ ਤੋਂ ਵੱਧ ਦੁਖੀ ਆ, ਕਿਸਾਨ ਮਜ਼ਦੂਰ ਸਭ ਤੋਂ ਵੱਧ ਦੁਖੀ ਆ, ਜ਼ਿਮੀਂਦਾਰ ਜਿਹੜਾ ਕਿ 35-40 ਲੱਖ ਨੂੰ ਕਿੱਲਾ ਸੀ ਅੱਜ 10-12 ਲੱਖ ਨੂੰ ਕਿੱਲਾ ਵੇਚਣ 'ਤੇ ਉਤਾਰੂ ਆ, ਜਿਹੜੇ NRI ਆ ਉਹ ਇੱਥੇ ਆਉਣ ਨੂੰ ਕੋਈ ਤਿਆਰ ਨਹੀਂ। ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਹੋਰ ਅਜੇ ਸੁਰੱਖਿਆ ਭਾਵੇਂ ਵਧੀਆ ਵਾ ਪਰ ਹੋਰ ਤੇਜ਼ੀ ਦੇ ਨਾਲ ਇਹਨਾਂ ਨੂੰ ਆਪਣੇ ਵਸ ਕੀਤਾ ਜਾਵੇ। ਮੰਡੀ ਦੇ ਹਾਲਾਤ ਐਸੇ ਆ ਵੀ ਇੱਕ ਮੈਂ ਛੋਟੀ ਸ਼ਰਮਾ ਜੀ ਗੱਲ ਦੱਸਦਾ ਵਾਂ ਵੀ ਸਾਡੇ ਕੋਲ ਜਿਹੜੇ ਮਾਲ ਖਰੀਦਣ ਇੱਕ ਆਉਂਦੇ ਆ ਸਾਈਕਲਾਂ 'ਤੇ, ਉਹ ਜਿੰਨਾ ਚਿਰ 8-10 ਬੰਦੇ ਵਿਅਕਤੀ ਇਕੱਠੇ ਹੋ ਕੇ ਇੰਨਾ ਆਉਣ ਅਤੇ ਉਹ ਮੰਡੀ ਤੱਕ ਨਹੀਂ ਆਉਂਦੇ, ਕਿਉਂਕਿ 1000-2000 ਜਿਹੜਾ ਹਰੇਕ ਦੀ ਜੇਬ 'ਚ ਹੁੰਦਾ ਵਾ ਅਤੇ ਰਾਹ ਦੇ ਵਿੱਚ ਅਨੇਕਾਂ ਵਾਰ ਲੁੱਟਮਾਰ ਹੋਈ ਉਹਨਾਂ ਨਾਲ। ਅਤੇ ਜਿਹੜਾ ਇੱਥੇ ਆੜ੍ਹਤੀ ਆ ਵਾ ਉਹ ਵੀ ਦੁਖੀ ਆ, ਕਿਸਾਨ ਵੀ ਦੁਖੀ ਆ, ਮਜ਼ਦੂਰ ਵੀ ਦੁਖੀ ਆ, ਹਾਲਾਤ ਬਹੁਤ ਵੱਧ ਤੋਂ ਬਦਤਰ ਆ ਸ਼ਰਮਾ ਜੀ। ਟਾਈਮ ਬਾਅਦ ਜਿਹੜੀ ਅੱਜ ਸਬਜ਼ੀ ਮੰਡੀ ਦੇ ਵਿੱਚ ਗੋਲੀਬਾਰੀ ਚੱਲੀ ਹੈ ਸਰ, ਕੀ ਮਾਮਲਾ ਸਾਰਾ ਹੈ ਜੀ? ਇੱਥੇ ਜੀ ਮਟਰਾਂ ਦੀ ਸਬਜ਼ੀ ਮੰਡੀ ਲੱਗੀ ਸੀਗੀ, ਇੱਥੋਂ ਸਾਨੂੰ ਪਤਾ ਲੱਗਾ ਵੀ ਇੱਥੇ ਕੋਈ 2 ਮੋਟਰਸਾਈਕਲ 'ਤੇ ਸਵਾਰ ਆਏ ਜਿਹਨਾਂ ਮੂੰਹ ਵੱਧੇ ਸੀਗੇ, ਉਹਨਾਂ ਆ ਕੇ ਕੋਈ ਫਾਇਰ ਕੀਤਾ ਵਾ
ਅਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ, ਮੌਕੇ 'ਤੇ ਪਹੁੰਚੇ ਹਾਂ, ਇਨਵੈਸਟੀਗੇਸ਼ਨ ਕਰਦੇ, ਇਨਵੈਸਟੀਗੇਸ਼ਨ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ ਪਤਾ ਲੱਗਾ ਕਿੰਨੇ ਫੈਰ ਹੋਏ ਜੀ? 2 ਫੈਰ ਪਤਾ ਲੱਗਾ ਜੀ, ਵੀ 2 ਫੈਰ ਹੋਏ ਨੇ, ਬਾਕੀ ਇਨਵੈਸਟੀਗੇਸ਼ਨ ਕਰ ਰਹੇ। ਕੋਈ ਖੋਲ ਵੀ ਬਰਾਮਦ ਹੋਇਆ ਸਰ? ਹਾਂ, ਇੱਕ ਜਿਹੜਾ ਵਾ ਸਿੱਕਾ ਬਰਾਮਦ ਹੋਇਆ ਜੀ। ਕੋਈ ਆਇਆ ਸਾਹਮਣੇ ਸਰ? ਅਜੇ ਨਹੀਂ, ਅਜੇ ਕੋਈ ਸਾਹਮਣੇ ਨਹੀਂ ਆਇਆ, ਤਫਤੀਸ਼ ਕਰ ਰਹੇ ਹਾਂ ਜੀ। ਤਫਤੀਸ਼ ਕਰਕੇ ਫਿਰ ਤੁਹਾਨੂੰ ਦੱਸਾਂਗੇ, ਜੋ ਵੀ ਗਾਹ ਮੂਵਮੈਂਟ ਹੋਵੇ ਤੁਹਾਨੂੰ ਦੱਸ ਦਾਂਗੇ।